ਸਵਾਗਤ ਕਰਦਾ ਹਾਂ ਵੀਰੇ ਤੇ ਪੈਨਾਂ ਦਾ ਤੁਹਾਡੇ ਆਪ ਦੇ YouTube ਚੈਨਲ ਦੇ ਉੱਤੇ ਤੇ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਜ ਜਿਹਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਪਜੀ ਆਈ ਦੇ ਵਿੱਚ ਨਿਕਲੇ ਹੋਏ ਨਵੀਂ ਭਰਤੀ ਦੇ ਬਾਰੇ ਵਿੱਚ ਪੂਰੀ ਡਿਟੇਲ ਚ ਅਸੀਂ ਗੱਲ ਕਰਾਂਗੇ ਤਨਖਾਹ 37000 ਤੋਂ ਲੈ ਕੇ 60000 ਤੱਕ ਰਹੇਗੀ ਅਪਲਾਈ ਜਲਦ ਹੀ ਤੁਸੀਂ ਕਰ ਸਕਦੇ ਹੋ ਤੇ ਮੁੰਡੇ ਤੇ ਕੁੜੀਆਂ ਦੋਨੋਂ ਇਹਦੇ ਲਈ ਅਪਲਾਈ ਕਰ ਸਕਦੇ ਨੇ ਕਾਫੀ ਸਾਰੇ ਕੈਂਡੀਡੇਟਸ ਵੀ ਕਾਫੀ ਲੰਬੇ ਕਮੈਂਟ ਆ ਰਹੇ ਸੀਗੇ ਕਿ ਕੋਈ ਇਦਾਂ ਦੀ ਭਰਤੀ ਆਊਟ ਨਹੀਂ ਹੋ ਰਹੀ ਸੋ ਫਾਈਨਲੀ ਇਹ ਭਰਤੀ ਆਊਟ ਹੋ ਚੁੱਕੀ ਹੈ ਜੀ ਪੀਜੀ ਦੇ ਵਿੱਚ ਬਿਲਕੁਲ ਨਵੀਂ ਫਰੈਸ਼ ਭਰਤੀ ਜਿਹੜੀ ਹੈ ਉਹ ਆਊਟ ਹੋਈ ਹੈ ਜੀ ਤੇ ਇਹਦੇ ਲਈ ਤੁਸੀਂ ਆਨਲਾਈਨ ਅਰਜ਼ੀ ਦੇਣਾ ਤੇ ਮੈਂ ਤੁਹਾਨੂੰ ਪੂਰੀ ਡਿਟੇਲ ਦੱਸਾਂਗਾ ਹਰ ਇੱਕ ਜੌਬ ਦੇ ਪਾਰਟਿਕੂਲਰ ਕਿ ਕਿ ਡਿਪਾਰਟਮੈਂਟ ਵਿੱਚ ਕੀ ਕੁਇਲਿਜੀਬਿਲਟੀ ਰਹੂਗੀ ਉਸ ਤੋਂ ਪਹਿਲਾਂ ਅਗਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰੀ ਆ ਰਹੇ ਹੋ ਤਾਂ ਸਾਡੇ ਚੈਨਲ ਨੂੰ ਕਰ ਲ ਬੈਲ ਬਟਨ ਦਬਾਣਾ ਨਾ ਭੁੱਲਣਾ ਤਾਂ ਕਿ ਕੋਈ ਵੀ ਨੋਟੀਫਿਕੇਸ਼ਨ ਤੁਹਾਡੇ ਕੋਲ ਮਿਸ ਨਾ ਹੋ ਜਾਵੇ ਔਰ ਦਸਤਾ ਚਾਹਾਂਗਾ ਕਿ ਇਸ ਤੋਂ ਇਲਾਵਾ ਹੋਰ ਵੀ ਕਈ ਨੋਟੀਫਿਕੇਸ਼ਨ ਜਿਹੜੇ ਆਊਟ ਹੋ ਚੁੱਕੇ ਹੈ ਜੀ ਤਾਂ ਤੁਸੀਂ ਉਹਦੇ ਲਈ ਸਾਡੇ ਇਸ YouTube ਚੈਨਲ ਦੇ ਉੱਪਰ ਜਾ ਕੇ ਚੈੱਕ ਕਰ ਸਕਦੇ ਹੋ ਜਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲਦੇਗਾ ਉੱਥੋਂ ਵੀ ਤੁਸੀਂ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਔਰ ਹੁਣ ਅਸੀਂ ਗੱਲ ਕਰਦੇ ਹਾਂ ਜੀ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜੀ ਭਰਤੀ ਜਿਹੜੀ ਆਊਟ ਹੋਈ ਹੈ ਪੀਜੀਆਈ ਦੇ ਵਿੱਚ ਆਊਟ ਹੋਈ ਹੈ ਸੀਨੀਅਰ ਰੈਜ਼ੀਡੈਂਟ ਦੀ ਸੀਨੀਅਰ ਮੈਡੀਕਲ ਅਫਸਰ ਦੀ ਹੈ ਟੋਟਲ ਸੈਲਰੀ ਜਿਹੜੀ ਰਹੇਗੀ 67700 ਨੈਕਸਟ ਹੈਗਾ ਸੀਨੀਅਰ ਡੈਮੋਨਸਟ੍ਰੇਟਰ ਦੀ ਮੈਡੀਕਲ ਦੀ ਸਟਾਰਟ ਇਜ਼ 800 ਜਿਹੜੀ ਤੁਹਾਡੀ ਸੈਲਰੀ ਰਹੇਗੀ ਜੀ ਨੈਕਸਟ ਆ ਗਈ ਸੀਨੀਅਰ ਡੈਮੋਨਸਟ੍ਰੇਟਰ ਦੀ ਨਾਨ ਮੈਡੀਕਲ ਜਿਹਦੇ ਵਿੱਚ 56100 ਤੁਹਾਡੀ ਸੈਲਰੀ ਰਹੇਗੀ ਜੂਨੀਅਰ ਡੈਮੋਨਸਟ੍ਰੇਟਰ ਦੀ ਮੈਡੀਕਲ ਦੇ ਵਿੱਚ 35400 ਤੁਹਾਡੀ ਜਿਹੜੀ ਹੈ ਉਹ ਸੈਲਰੀ ਰਹੇਗੀ ਜੂਨੀਅਰ ਡੈਮੋਨਸਟ੍ਰੇਟਰ ਦੀ ਨਾਨ ਮੈਡੀਕਲ 35400 ਤੁਹਾਡੀ ਜਿਹੜੀ ਹੈ ਉਹ ਸੈਲਰੀ ਰਹੇਗੀ ਜੀ ਇਹਦੇ ਵਿੱਚ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਇਹਦੇ ਵਿੱਚ ਤੁਹਾਡੀ ਐਪਲੀਕੇਸ਼ਨ ਦੇ ਲਈ 1500 ਰੁਪਏ ਐਸ ਸੀ ਐਸ ٹی ਐਕ ਸਰਵਿਸ ਮੈਂ ਦੇ ਲਈ 800 ਰੁਪਏ ਰਹੇਗੀ ਬਹੁਤ ਹੀ ਵਧੀਆ ਓਪਰਚੁਨਿਟੀ ਜਿਹੜੀ ਇਹ ਨਿਕਲ ਕੇ ਆ ਚੁੱਕੀ ਹੈ ਜੀ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਇਸ ਦੇ ਵਿੱਚ ਸੀਨੀਅਰ ਰੈਜ਼ੀਡੈਂਟ ਦੇ ਵਿੱਚ 102 ਪੋਸਟਾਂ ਨੇ ਔਰ ਸੀਨੀਅਰ ਮੈਡੀਕਲ ਆਫੀਸਰ ਦੀਆਂ 4 ਪੋਸਟਾਂ ਨੇ ਜੂਨੀਅਰ ਸੀਨੀਅਰ ਡੈਮੋਨਸਟ੍ਰੇਟਰ ਦੀਆਂ 12 ਪੋਸਟਾਂ ਨੇ ਠੀਕ ਹੈ ਜੀ ਇਹ ਜ ਹੈਗੀ ਹੈ ਜੀ ਐਮਸ ਬਠਿੰਡਾ ਦੇ ਲਈ ਸੀਨੀਅਰ ਰੈਜ਼ੀਡੈਂਟ 14 ਪੋਸਟਾਂ ਸੀਨੀਅਰ ਡੈਮੋਨਸਟ੍ਰੇਟਰ ਦੀਆਂ 7 ਪੋਸਟਾਂ ਨੇ ਜੀ ਠੀਕ ਹੈ ਜੀ ਔਰ ਇਸ ਦੇ ਵਿੱਚ ਜਿਹੜੀਆਂ এডਿਕੇਸ਼ਨ ਕੁਆਲਿਫਿਕੇਸ਼ਨ ਦੀ ਅਗਰਸੀਂ ਗੱਲ ਕਰੀਏ ਸੀਨੀਅਰ ਰੈਜ਼ੀਡੈਂਟ ਦੇ ਕੈਂਡੀਡੇਟ ਜਿਹੜੇ ਨੇ ਪੋਸਟ ਗ੍ਰੈਜੂਏਸ਼ਨ ਹੋਣੀ ਬਹੁਤ ਜ਼ਰੂਰੀ ਹੈ ਕਿਸੇ ਵੀ ਰੈਕੋਗਨਾਈਜ਼ਡ ਯੂਨੀਵਰਸਿਟੀ ਤੋਂ ਠੀਕ ਹੈ ਜੀ ਔਰ ਜਿਹੜਾ ਕੈਂਡੀਡੇਟ ਹੋ ਰਜਿਸਟਰ ਹੋਣਾ ਚਾਹੀਦੇ ਨੇ ਸੈਂਟਰਲ ਸਟੇਟ ਮੈਡੀਕਲ ਕੌਂਸਲ ਦੇ ਨਾਲ ਸੀਨੀਅਰ ਡੈਮੋਨਸਟ੍ਰੇਟਰ ਦੇ ਵਿੱਚ ਐਮ ਐਸ ਸੀ ਕੀਤੀ ਹੋਣੀ ਚਾਹੀਦੀ ਹੈ ਠੀਕ ਹੋਣੀ ਚਾਹੀਦੀ ਤੁਹਾਡੀ ਕੰਸਰਮ ਸਬਜੈਕਟ ਦੇ ਵਿੱਚ ਹੀ ਨੈਕਸਟ ਅਸੀਂ ਗੱਲ ਕਰਦੇ ਹਾਂ ਇੰਪੋਰਟੈਂਟ ਡੇਟਸ ਦੀ ਤਾਂ ਆਲਰੇਡੀ ਆਨਲਾਈਨ ਅਪਲਾਈ ਕਰਨਾ ਸਟਾਰਟ ਹੋ ਚੁੱਕਾ ਹੈ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੇਗਾ ਲਾਸਟ ਡੇਟ ਜਿਹੜਾ ਹੈ ਅਪਲਾਈ ਕਰਨ ਦਾ 21 ਅਕਤੂਬਰ 2020 ਹੈ ਜੀ ਸੋ ਇਹ ਤੁਹਾਡੇ ਲਈ ਇਹ ਨੋਟੀਫਿਕੇਸ਼ਨ ਹੈ ਜੀਗਾ ਅੱਜ ਦੇ ਲਈ ਨਵੀਂ ਵੀਡੀਓ ਵਿੱਚ ਮਿਲਾਂਗੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ